ਸਤਿਕਾਲ ਜੀ। ਅੱਜ ਦਾ ਆਪਣਾ ਟੋਪਿਕ ਹੈ DSI। DSI ਕੀ, ਜਿਸ ਨੂੰ ਕਿ ਆਪਾਂ ਡੋਰ ਸਟੈਪ ਇੰਸਟਾਲੇਸ਼ਨ ਵੀ ਕਹਿੰਦੇ ਹਾਂ, ਜਿਹੜਾ ਕਿ ਕੋਈ ਕਸਟਮਰ ਟਰੈਕਟਰ ਨਵਾਂ ਲੈਂਦਾ ਹੈ ਤਾਂ ਉਸ ਸਮੇਂ ਟਰੈਕਟਰ ਦੇ ਕੀ ਫੀਚਰ ਨੇ, ਕੀ ਉਹਦੀ ਵਾਰੰਟੀ ਪਾਲਿਸੀ ਆ, ਸਭ ਕੁਝ ਜਿਹੜਾ ਹੈਗਾ ਮਕੈਨਿਕ ਦੱਸਦਾ ਹੈਗਾ ਕਸਟਮਰ ਨੂੰ। ਅਤੇ ਹੁਣ ਜਿਵੇਂ ਸਭ ਤੁਹਾਨੂੰ ਸਭ ਵੀਰਾਂ ਨੂੰ ਪਤਾ ਹੀ ਹੈਗਾ ਕਿ ਕਰੋਨਾ ਦਾ ਟਾਈਮ ਚੱਲ ਰਿਹਾ ਹੈਗਾ, ਤਾਂ ਮੇ ਵੀ ਹੋ ਸਕਦਾ ਕੁਝ ਕਸਟਮਰ ਦੀ DSI ਜਿਹੜੀ ਆ ਸਾਡੇ ਮਕੈਨਿਕ ਵੀਰ ਨਾ ਕਰ ਪਾਏ ਹੁਣ। ਉਸ ਲਈ ਅਸੀਂ ਇੱਕ ਉਪਰਾਲਾ ਇਹ ਕੀਤਾ ਕਿ ਡਿਜੀਟਲ ਇੰਸਟਾਲੇਸ਼ਨ ਅਸੀਂ ਬਣਾਈ ਹੈਗੀ ਆ, ਉਹ 'ਚ ਅਸੀਂ ਜਿਹੜੇ ਮੇਜਰ ਮੇਜਰ ਪੁਆਇੰਟ ਹੈਗੇ ਨੇ ਟਰੈਕਟਰ ਦੇ ਉਹ ਕਵਰ ਕਰਾਂਗੇ, ਜਿਹ 'ਚ ਆਪਣਾ ਟੋਪਿਕ ਟਰੈਕਟਰ ਦੇ ਫੀਚਰਸ ਹੋ ਗਏ, ਵਾਰੰਟੀ ਹੋ ਗਿਆ, ਟਰੈਕਟਰ ਦੇ ਕੰਟਰੋਲਸ, ਸਰਵਿਸ ਰਿਕਾਰਡ ਵਗੈਰਾ, ਉਹਦੇ ਬਾਰੇ ਕਰਾਂਗੇ। ਤਾਂ ਉਹ ਆਪਾਂ ਸ਼ੁਰੂ ਕਰਦੇ ਹਾਂ। ਸੋ ਮੇਨਲੀ ਜੋ ਅੱਜ ਆਪਾਂ DSI ਕਰਨ ਲੱਗੇ ਹਾਂ ਉਹ ਆਪਣਾ ਮੈਸੀ ਦੇ 9500 ਟਰੈਕਟਰ ਦੀ ਕਰਨ ਲੱਗੇ ਹਾਂ, ਮੈਸੀ 9500 ਜਿਹੜਾ ਕਿ 58 ਪਾਵਰ ਰੇਂਜ ਦੇ ਵਿੱਚ ਟਰੈਕਟਰ ਹੈਗਾ। ਇਹਦਾ ਜਿਹੜਾ 86 ਨੰਬਰ ਇੰਜਨ ਨੰਬਰ ਹੈਗਾ ਉੱਥੇ ਲਿਖਿਆ ਹੁੰਦਾ, ਇਹਦਾ 86 ਨੰਬਰ ਇੰਜਨ ਨੰਬਰ ਜਿਹੜਾ ਉਹ ਪਲੇਟ ਇੱਥੇ ਲੱਗੀ ਹੁੰਦੀ ਆ। ਅਤੇ ਬੇਸਿਕਲੀ 58 ਪਾਵਰ ਦਾ ਟਰੈਕਟਰ ਟਰਬੋ ਅਤੇ ਇੰਟਰਕੂਲਰ ਦੇ ਨਾਲ ਹੈ। ਚਲੋ ਆਪਾਂ ਸ਼ੁਰੂ ਕਰਦੇ ਹਾਂ, ਫਰੰਟ ਤੋਂ ਸ਼ੁਰੂ ਕਰਦੇ ਹੋ ਆਪਾਂ ਟਰੈਕਟਰ ਦੇ ਚਾਰੇ ਪਾਸੇ ਦਾ ਕਵਰ ਕਰਾਂਗੇ। ਪਹਿਲਾਂ ਆਪਾਂ ਕਵਰ ਕਰੀਏ ਤਾਂ ਫਰੰਟ 'ਤੇ ਇਹਦਾ ਸੁੱਕਾ ਏਅਰ ਫਿਲਟਰ ਆਉਂਦਾ ਹੈਗਾ, ਜਿਹਨੂੰ ਕਿ ਆਪਾਂ ਮੈਂਟੇਨੈਂਸ ਦੇ ਵਿੱਚ ਆਪਾਂ ਪ੍ਰੋਪਰ ਸਾਫ ਕਰਨਾ ਪੈਂਦਾ। ਇੰਟਰਕੂਲਰ ਆਉਂਦਾ ਅਤੇ ਰਿਕਵਰੀ ਬੋਟਲ ਆ ਜਾਂਦੀ ਹੈ। ਅਤੇ ਇਹਦਾ ਫਰੰਟ ਐਕਸਲ ਜੇ ਆਪਾਂ ਗੱਲ ਕਰੀਏ ਤਾਂ ਇਹ ਐਡਜਸਟੇਬਲ ਹੁੰਦਾ, 56.7 ਇੰਚ ਤੋਂ ਲੈ ਕੇ 76.7 ਇੰਚ ਤੱਕ ਇਹਦੀ ਟਰੈਕ ਵਿੱਚ ਐਡਜਸਟ ਹੁੰਦੀ ਆ। ਫਰੰਟ ਅਤੇ ਰੀਅਰ ਬਹੁਤ, ਫਰੰਟ ਹੈ ਜਿਹੜਾ ਹੈਗਾ 7016 ਦੇ ਨਾਲ ਆਉਂਦਾ ਹੈਗਾ ਇਹ। ਪਾਵਰ ਸਟੀਅਰਿੰਗ ਨਾਲ ਫਿਟਡ ਹੈਗਾ ਜੀ ਇਹ, ਪਾਵਰ ਸਟੀਅਰਿੰਗ ਦੇ ਆਪਣਾ ਜਿਹੜੀ ਆਇਲ ਹੈਗਾ ਇਸ 'ਚ ਪਾਉਂਦਾ, ਅਤੇ ਕੈਸਟਰੋਲ TQ ਦਾ ਤੇਲ ਜਿਹੜਾ ਉਹ 'ਚ ਪਾਉਂਦਾ, ਤਕਰੀਬਨ 1.5 ਲੀਟਰ ਤੋਂ ਲੈ ਕੇ 2 ਲੀਟਰ ਦੇ ਆਸ ਪਾਸ ਦੀ ਕਪੈਸਿਟੀ ਹੁੰਦੀ ਹੈ ਪੂਰੀ ਦੀ। ਡੀਜ਼ਲ ਟੈਂਕ ਦੀ ਗੱਲ ਕਰੀਏ ਤਾਂ 58 ਲੀਟਰ ਦੀ ਇਹਦੀ ਕਪੈਸਿਟੀ ਹੈਗੀ ਹੈ ਡੀਜ਼ਲ ਟੈਂਕ ਦੀ। ਜੇ ਕਲੱਚ ਦੀ ਗੱਲ ਕਰੀਏ, ਕਲੱਚ 'ਚ ਡਿਊਲ ਕਲੱਚ ਹੈਗਾ, ਡਿਊਲ ਕਲੱਚ ਨੂੰ ਸਿੰਗਲ ਡਬਲ ਕਰਨ ਵਾਸਤੇ ਥੱਲੇ ਬੱਤੀ ਲੱਗੀ ਹੁੰਦੀ ਆ, ਦੇਖੀਏ ਇਹ ਬੱਤੀ ਆ। ਜੋ ਤੁਸੀਂ ਰੋਟਾਵੇਟਰ ਵਗੈਰਾ ਜਾਂ PTO ਇੰਪਲੀਮੈਂਟ ਨਹੀਂ ਚਲਾਉਣਾ ਤਾਂ ਉਸ ਸਮੇਂ ਨੂੰ ਇੱਥੇ ਰੱਖ ਸਕਦੇ ਹੋ, ਜੋ PTO ਇੰਪਲੀਮੈਂਟ ਦਾ ਇਸਤੇਮਾਲ ਕਰਨਾ ਤਾਂ ਇਹਨੂੰ ਪਿੱਛੇ ਕਰ ਸਕਦੇ ਹੋ। ਕਲੱਚ ਦੀ ਗੱਲ ਕਰੀਏ ਤਾਂ ਕਲੱਚ ਦੇ ਵਿੱਚ ਮਿਨੀਮਮ ਪਲੇ ਰਹਿਣੀ ਚਾਹੀਦੀ ਹੈ, ਜਦੋਂ ਜਦੋਂ ਟਰੈਕਟਰ ਚੱਲੂਗਾ ਤਾਂ ਇਹਦੀ ਪਲੇ ਜਿਹੜੀ ਆ ਉਹ ਘੱਟਦੀ ਜਾਂਦੀ ਹੈ। ਇਹਦੀ ਜਿਹੜੀ ਪਲੇ ਜਦੋਂ ਘੱਟਦੀ ਹੈ ਤਾਂ ਇਹਦੇ ਵਿੱਚ ਆਹ ਇੱਕ ਰੋਡ ਦੇ ਰੱਖੀ ਹੈ ਜਿਹਦੇ ਥਰੂ ਆਪਾਂ ਕਲੱਚ ਪਲੇ ਜਿਹੜੀ ਆ ਐਡਜਸਟ ਕਰ ਸਕਦੇ ਹਾਂ। ਅਤੇ ਸਾਰੇ ਕਸਟਮਰ ਵੀਰ ਨੂੰ ਬੇਨਤੀ ਆ ਕਿ ਜਦੋਂ ਵੀ ਕਿਤੇ ਕਲੱਚ 'ਚ ਪਲੇ ਪਾਉਣ ਦੀ ਲੋੜ ਪੈਂਦੀ ਹੈ ਤਾਂ ਇਸ ਤੋਂ ਪਾਉਣਾ। ਅੱਗੇ PTO ਦੀ ਗੱਲ ਕਰੀਏ ਤਾਂ ਮਲਟੀ PTO ਜਿਹਨੂੰ ਅਸੀਂ ਕੁਆਟਰ PTO ਕਹਿੰਦੇ ਹਾਂ, ਉਸਦੇ ਨਾਲ ਟਰੈਕਟਰ ਹੈਗਾ 75 RPM ਤੋਂ ਲੈ ਕੇ 995 RPM PTO ਦੇ ਜਿਹੜੇ ਨੇ ਆਪਾਂ ਨੂੰ ਇਸ ਸੈਕਟਰ 'ਚ ਮਿਲਦੇ ਨੇ ਮਲਟੀ PTO ਦੇ ਵਿੱਚ। ਅਤੇ ਜੇ ਆਪਾਂ ਲਾਈਵ PTO ਦੀ ਗੱਲ ਕਰੀਏ ਤਾਂ 1799 ਜਾਂ 1800 ਕਹਿ ਲਓ, 1800 ਅਤੇ 540 PTO RPM ਮਿਲਦੇ ਨੇ, ਜਿਹੜੇ ਕਿ ਆਪਾਂ ਨੂੰ ਰੋਟਾਵੇਟਰ ਵਗੈਰਾ ਵਾਸਤੇ ਰਿਕੁਆਇਰਡ ਹੁੰਦੇ ਨੇ। ਆਓ ਕਵਰ ਕਰੀਏ। ਮਲਟੀ PTO ਦੀ ਗੱਲ ਕਰੀਏ ਤਾਂ ਇਹਦਾ ਲੀਵਰ ਲੱਗੇ ਹੋਏ ਨੇ। ਲਾਈਵ PTO ਜਦੋਂ ਤੁਸੀਂ ਚਲਾਉਣਾ ਹੈਗਾ, ਲਾਈਵ PTO ਵਾਸਤੇ ਜਦੋਂ ਤੁਸੀਂ 1800 ਅਤੇ 540 ਕਰਨੇ ਨੇ ਰੀਪਰ ਚਲਾਉਣਾ ਹੈਗਾ, ਉਸ ਸਮੇਂ ਇਹਨੂੰ ਇੱਥੇ ਕਰ ਦੋਗੇ ਅਤੇ 1800 RPM 'ਤੇ PTO ਦੇ 540 RPM ਤਿਆਰ ਹੋ ਜਾਣਗੇ। ਜਦੋਂ ਤੁਸੀਂ ਵਾਟਰ ਪੰਪ ਚਲਾਉਣਾ ਹੈਗਾ ਅਤੇ ਜਨਰੇਟਰ ਵਗੈਰਾ ਚਲਾਉਣਾ ਹੈਗਾ ਜਾਂ ਕੋਈ ਸਟੇਸ਼ਨਰੀ ਇੰਪਲੀਮੈਂਟ ਜਿਹੜਾ ਹੈਗਾ ਜਿਹਦੇ ਵਿੱਚ ਤੁਹਾਨੂੰ ਖੜ੍ਹੇ ਖੜ੍ਹੇ ਦੇ ਵਿੱਚ ਸਪੀਡ ਚਾਹੀਦੀ ਹੁੰਦੀ ਆ, ਉਸ ਸਮੇਂ ਆਪਾਂ ਇਹਨੂੰ ਮਲਟੀ ਸਪੀਡ PTO ਦੇ ਲੈਵਲ 'ਤੇ ਕਰ ਦਾਂਗੇ। ਉਸ ਸਮੇਂ ਚਲਾਉਣ ਲੱਗੇ ਆਪਾਂ ਇਹ ਧਿਆਨ ਦੇਣਾ ਜਿਹੜਾ ਆਹ ਵਾਲਾ ਲੀਵਰ ਹੈਗਾ ਇਹ ਆਪਾਂ ਨਿਊਟਰਲ 'ਤੇ ਕਰਨਾ, ਹੁਣ ਇਹ ਇੰਜਨ 'ਤੇ ਜਿੱਥੇ ਲਿਖਿਆ ਹੋਇਆ ਅੰਗੇਜ਼ 'ਤੇ ਹੈ ਅਤੇ ਇਸ ਨੂੰ ਆਪਾਂ ਨਿਊਟਰਲ 'ਤੇ ਕਰਨਾ ਹੈਗਾ। ਚਲੋ ਪਾਣੀ 'ਚ ਚੱਲਦੇ ਹਾਂ। ਰੀਅਰ ਟਾਇਰ ਜਿਹੜਾ ਹੈਗਾ ਇਹਦਾ 1628 ਦੇ ਟਾਇਰ ਨਾਲ ਟਰੈਕਟਰ ਫਿਟਡ ਹੈਗਾ। ਉਹ ਪੁੱਛਿਆ ਜੀ ਪਿੱਛੇ ਟੋਪਲਿੰਗ ਦਾ ਸਾਰਾ ਅਰੇਂਜਮੈਂਟ ਦੇਖਿਆ, ਪਲੈਟਰੀ ਦੇਖਾ, ਬ੍ਰੇਕਸ ਇਹਦੀਆਂ ਇਸ ਜਗ੍ਹਾ 'ਤੇ ਰਹਿੰਦੀ ਹੈ, ਪਲੈਂਟਰੀ ਇਹਦੀ ਬਿਲਕੁਲ ਐਕਸਟ੍ਰੀਮ ਐਂਡ 'ਤੇ ਹੈਗੀ ਹੈ, ਇਹ ਬ੍ਰੇਕਸ ਨੇ। ਅਤੇ ਟੋਪਲਿੰਗ ਦੀ 3 ਜਗ੍ਹਾ 'ਤੇ ਐਡਜਸਟਮੈਂਟ ਦੇ ਰੱਖੀ ਹੈ ਚਲਾਉਣ ਵਾਸਤੇ, ਜਿੱਥੇ ਆਪਾਂ ਸੈਂਸਿੰਗ ਵਧੀਆ ਕਰਨੀ ਹੈਗੀ ਹੈ, ਜਿਵੇਂ ਕਲਟੀਵੇਟਰ ਕਹੀਏ ਤਾਂ ਆਪਾਂ ਟੋਪ 'ਤੇ ਰੱਖ ਕੇ ਚਲਾਉਂਦੇ ਹਾਂ, ਅਤੇ ਰੋਟਾਵੇਟਰ ਵਗੈਰਾ ਦੇ ਵਿੱਚ ਆਪਾਂ ਸੈਕਿੰਡ ਵਾਲਾ ਹੋਲ ਯੂਜ਼ ਕਰਦੇ ਹਾਂ, ਅਤੇ ਆਪਣਾ ਪਲਾਓ ਵਗੈਰਾ ਵਾਸਤੇ ਆਪਾਂ ਨੀਚੇ ਵਾਲੇ 'ਤੇ ਯੂਜ਼ ਕਰਦੇ ਹਾਂ। ਚੱਕ ਚੇਨ ਅਤੇ ਚੇਨ ਸਟੈਬਲਾਈਜ਼ਰ ਗੇਟ ਸਟੈਂਡਰਡ ਫਿਟਮੈਂਟ ਆਉਂਦੇ ਨੇ, ਚੱਕ ਚੇਨ ਅਤੇ ਚੇਨ ਸਟੈਬਲਾਈਜ਼ਰ ਗੇਟ ਸਟੈਂਡਰਡ ਫਿਟਮੈਂਟ ਦੇ ਵਿੱਚ ਆਉਂਦੇ ਹੈਗੇ ਨੇ ਇਹ। ਸਪੂਲ ਵਾਲ ਜਿਹਨੂੰ ਦੇਸੀ ਕਾਲ 'ਚ ਡਿਸਟ੍ਰੀਬਿਊਟਰ ਵੀ ਕਹਿੰਦੇ ਨੇ, ਉਹ ਵੀ ਸਟੈਂਡਰਡ ਫਿਟਮੈਂਟ ਹੈਗਾ। ਸਿੰਗਲ ਐਕਟਿੰਗ ਡਬਲ ਐਕਟਿੰਗ ਬਣਾਉਣ ਵਾਸਤੇ ਇਹਦੇ 'ਚ ਸੈਟਿੰਗ ਦਿੱਤੀ ਵੀ ਹੈ, ਜਿਹਦੇ ਨਾਲ ਤੁਸੀਂ ਇਹਨੂੰ ਸਿੰਗਲ ਐਕਟਿੰਗ ਅਤੇ ਡਬਲ ਐਕਟਿੰਗ ਬਣਾ ਸਕਦੇ ਹੋ। ਅਤੇ ਫੋਟੋ ਲੱਗੀ ਵੀ ਹੈ ਜਿੱਥੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਕਿੱਦਾਂ ਇਹਨੇ ਕੰਮ ਕਰਨਾ, ਕਿੱਥੇ ਇਹਨੇ ਸਿੰਗਲ ਐਕਟਿੰਗ ਹੋਣਾ, ਕਿੱਥੇ ਡਬਲ ਐਕਟਿੰਗ ਹੋਣਾ।
ਤੇ ਰੀਅਰ ਵਿਊ ਆਪਣਾ ਸੋਰੀ ਫਲੋ ਲੈਂਪ, ਫਲੋ ਲੈਂਪ ਜਿਹੜਾ ਹੈਗਾ ਇਹ ਆਪਣਾ ਡਾਇਰੈਕਟ ਹੁੰਦਾ, ਇਹਦੇ ਵਿੱਚ ਸਿੱਧ ਚਾਬੀ ਦਾ ਕੋਈ ਰੋਲ ਨਹੀਂ ਹੁੰਦਾ, ਬਿਨਾਂ ਚਾਬੀ ਤੋਂ ਵੀ ਇਹ ਚੱਲਦਾ ਹੁੰਦਾ। ਚਲੋ ਆਪਾਂ ਹੁਣ ਲਿਫਟ ਤੱਕ ਕਰਾਂਗੇ। ਕਿਰਪਾ ਕਰੋ ਜੀ ਇੱਧਰ ਆਓ। ਲਿਫਟਿੰਗ ਵੈਸੇ ਟਰੈਕਟਰ ਦੀ 21 ਕੁਇੰਟਲ ਦੀ ਹੈਗੀ ਆ, ਅਤੇ ਆਹ ਕੁਆਡਰੈਂਟ ਲੀਵਰ ਜਿਹੜੇ ਅਸੀਂ ਦੇਖੋਗੇ ਇਹ ਪੀਸੀ ਲੀਵਰ ਹੈ ਅਤੇ ਡੀਸੀ ਲੀਵਰ ਹੈ। ਅਤੇ ਪੀਸੀ ਲੀਵਰ ਦਾ ਕੰਮ ਹੈਗਾ ਇੰਪਲੀਮੈਂਟ ਚੱਕਣਾ ਸੁੱਟਣਾ, ਇਹ ਜ਼ਿਆਦਾਤਰ ਆਪਾਂ ਜਿਹੜਾ ਹੈਗਾ ਫਾਸ 'ਤੇ ਬੰਨ੍ਹ ਕੇ ਰੱਖਦੇ ਹਾਂ। ਫਾਸ 'ਤੇ ਕੀ ਹੈ, ਜੋ ਆਪਾਂ ਇੰਪਲੀਮੈਂਟ ਚੱਕ ਕੇ ਸੁੱਟਾਂਗੇ ਤਾਂ ਇੰਪਲੀਮੈਂਟ ਤੇਜ਼ੀ ਨਾਲ ਥੱਲੇ ਆਏਗਾ। ਹੁਣ ਤੁਸੀਂ ਉੱਪਰ ਕੀਤਾ ਵਾ ਪੋਜੀਸ਼ਨ, ਆਹ ਫਾਸਟ ਲਿਖਿਆ ਵਾ ਦੇਖੋ, ਆਹ ਫਾਸਟ ਹੈਗਾ, ਇੱਥੇ ਤੱਕ ਲੀਵਰ ਸੁੱਟੋਗੇ ਤਾਂ ਇੰਪਲੀਮੈਂਟ ਨੇ ਇਕਦਮ ਥੱਲੇ ਆਉਣਾ, ਤੇਜ਼ੀ ਨਾਲ ਥੱਲੇ ਆਊਗਾ। ਦੂਜਾ ਰਿਸਪੋਂਸ ਜਿਹੜਾ ਹੈਗਾ ਸਲੋ, ਜਿਹੜਾ ਕਿ ਇੱਥੇ ਹੈਗਾ। ਇਸ ਕੰਡੀਸ਼ਨ ਕੀ ਹੈ, ਜਿਸ ਸਮੇਂ ਤੁਸੀਂ ਇੰਪਲੀਮੈਂਟ ਉੱਪਰੋਂ ਚੱਕ ਕੇ ਇਕਦਮ ਥੱਲੇ ਸੁੱਟੋਗੇ ਸਲੋ ਵਾਲੀ ਪੋਜੀਸ਼ਨ 'ਤੇ, ਤਾਂ ਇੰਪਲੀਮੈਂਟ ਹੌਲੀ ਹੌਲੀ ਥੱਲੇ ਆਊਗਾ। ਜਿਵੇਂ ਲਿਫਟ ਵਾਲੀਆਂ ਤਵੀਆਂ ਹੁੰਦੀਆਂ ਅਤੇ ਕੋਈ ਵੀ ਹੈਵੀ ਇੰਪਲੀਮੈਂਟ ਜਿਵੇਂ ਰੋਟਾਵੇਟਰ ਵੀ ਹੋ ਗਿਆ, ਉਸ 'ਚ ਤੁਸੀਂ ਇਸਨੂੰ ਇਕਦਮ ਥੱਲੇ ਮਾਰੋਗੇ ਤਾਂ ਸਪੀਡ ਸਲੋ ਆਏਗੀ, ਅਤੇ ਇਹ ਵਿੱਚ ਦੇ ਥੱਲੇ ਨੱਟ ਲੱਗਿਆ ਵਾ, ਜਿੰਨੀ ਤੁਸੀਂ ਸਪੀਡ ਸਲੋ ਕਰਨੀ ਹੈ ਉਹ ਇਸ ਨੱਟ ਦੇ ਹਿਸਾਬ ਨਾਲ ਆਪਾਂ ਐਡਜਸਟ ਕਰ ਸਕਦੇ ਹਾਂ। ਸਪੀਡ ਕਿੰਨੀ ਸਲੋ ਕਰਨੀ ਆਪਾਂ ਇਸ ਨੱਟ ਦੇ ਹਿਸਾਬ ਸੈੱਟ ਕਰ ਸਕਦੇ ਹਾਂ। ਇਹ ਹੈਗਾ ਜੀ ਡੀਸੀ ਲੀਵਰ, ਜਿਹਨੂੰ ਕਿ ਆਪਾਂ ਟਰੈਕਟਰ ਦੀ ਜਿਹੜੀ ਲੰਬਾਈ ਜਿਹੜੀ ਹੈਗੀ ਹੈ ਆਪਣਾ ਇੰਪਲੀਮੈਂਟ ਦੀ ਉਹ ਲੈਣ ਵਾਸਤੇ ਯੂਜ਼ ਕਰਦੇ ਹਾਂ। ਆਹ ਸੈਕਟਰ ਮਾਰਕ ਹੈ, ਇਹ ਇੱਥੇ ਬੰਨਿਆ ਹੁੰਦਾ ਲੀਵਰ ਆਪਣਾ। ਹੁਣ ਜਿਸ ਸਮੇਂ ਆਪਾਂ ਇੰਪਲੀਮੈਂਟ ਦੀ ਡੂੰਘਾਈ ਜ਼ਿਆਦਾ ਕਰਨੀ ਹੈ ਤਾਂ ਉੱਪਰਲੇ ਲੀਵਰ ਨੂੰ ਅਸੀਂ ਥੱਲੇ ਕਰ ਦਾਂਗੇ, ਜਿੱਥੇ ਘਟਾਉਣੀ ਹੈਗੀ ਹੈ ਤਾਂ ਉੱਪਰਲੇ ਲੀਵਰ ਨੂੰ ਉੱਪਰ ਕਰ ਦਾਂਗੇ। ਇਸ ਤਰ੍ਹਾਂ ਇਹ ਤੋਂ ਆਪਾਂ ਕੰਮ ਲੈਣਾ, ਠੀਕ ਹੈ ਜੀ। ਇੱਕ ਆਹ ਪੁਰਜਾ ਲੱਗਿਆ ਵਾ ਜੀ ਆਪਣਾ, ਜਿਹਨੂੰ ਕਿ ਅਸੀਂ ਡਿਫਰੈਂਸ਼ੀਅਲ ਲੋਕ ਕਹਿੰਦੇ ਹਾਂ। ਡਿਫਰੈਂਸ਼ੀਅਲ ਲੋਕ ਇਹਦਾ ਕੀ ਕੰਮ ਹੈਗਾ, ਜਿਸ ਸਮੇਂ ਕਿਤੇ ਟਰੈਕਟਰ ਫਸ ਜਾਵੇ, ਜਿਵੇਂ ਕਿਤੇ ਗਿੱਲੇ 'ਚ ਟਰੈਕਟਰ ਫਸ ਜਾਵੇ, ਤਾਂ ਇਹ ਕੀ ਹੈ ਕਿ ਜਿਹੜਾ ਟਾਇਰ ਆਪਣਾ ਫਸਿਆ ਹੋਇਆ ਉਹ ਟਾਇਰ ਰੋਟੇਸ਼ਨ ਕਰਦਾ ਰਹੇਗਾ, ਦੂਜਾ ਟਾਇਰ ਨਹੀਂ ਕਰੇਗਾ। ਅਤੇ ਜਦੋਂ ਆਪਾਂ ਇਸ ਨੂੰ ਦੱਬ ਲਿਆ ਤਾਂ ਆਪਣਾ ਲੋ ਗੇਅਰ ਦੇ ਵਿੱਚ ਟਰੈਕਟਰ ਨੂੰ ਸਿੱਧਾ ਸਟੇਅਰਿੰਗ ਰੱਖ ਕੇ ਸਿੱਧਾ ਲੈ ਕੇ ਜਾਣਾ, ਦੋਨੋਂ ਟਰੈਕਟਰ ਦੋਨੋਂ ਟਾਇਰ ਬਰਾਬਰ ਜ਼ੋਰ ਮਾਰ ਕੇ, ਅਤੇ ਜਿੱਥੋਂ ਵੀ ਟਰੈਕਟਰ ਫਸਿਆ ਉੱਥੋਂ ਨਿਕਲ ਜਾਊਗਾ। ਉਸ ਤੋਂ ਬਾਅਦ ਆ ਗਿਆ ਜੀ ਇਹ ਟਰਾਂਸਪੋਰਟ ਲੋਕ ਵਾਲ, ਇਹਨੂੰ TLV ਵੀ ਕਹਿੰਦੇ ਨੇ, ਟਰਾਂਸਪੋਰਟ ਲੋਕ ਵਾਲ ਵੀ ਕਹਿੰਦੇ ਨੇ। ਇਹਦਾ ਕੰਮ ਕੀ ਹੈ ਕਿ ਜਦੋਂ ਤੁਸੀਂ ਲੰਬੇ ਟਾਈਮ ਵਾਸਤੇ ਟਰੈਕਟਰ ਨੂੰ ਲਿਫਟ ਖੜਾ ਕੇ ਰੱਖਣੀ ਹੈ, ਤਾਂ ਲਿਫਟ ਜਿਵੇਂ ਉੱਪਰ ਤੁਸੀਂ ਕਰਤੀ ਅਤੇ ਉੱਪਰ ਲਿਫਟ ਮਤਲਬ ਜੋ ਟਰੈਕਟਰ ਬੰਦ ਕਰਦੇ ਹਾਂ ਤਾਂ ਲਿਫਟ ਕੁਛ ਟਾਈਮ ਬਾਅਦ ਆਪਣੇ ਆਪ ਥੱਲੇ ਆ ਜਾਂਦੀ ਹੈ। ਜੇ ਆਪਾਂ ਕਹਿੰਦੇ ਹਾਂ ਕਿ ਲਿਫਟ ਏਰੀਆ ਥੱਲੇ ਨਾ ਆਵੇ ਤਾਂ ਟਰਾਂਸਪੋਰਟ ਲੋਕ ਵਾਲ ਜਿਹੜਾ ਇਹਨੂੰ ਆਪਾਂ ਬੰਦ ਕਰ ਦੇਣਾ। ਇਸ ਕੰਡੀਸ਼ਨ ਵਿੱਚ ਜੋ ਲਿਫਟ ਤੁਸੀਂ ਉੱਪਰ ਕਰਕੇ ਟਰੈਕਟਰ ਬੰਦ ਕਰਤਾ ਤਾਂ ਲਿਫਟ ਉੱਪਰ ਹੀ ਰਹੇਗੀ, ਇਹਦਾ ਮੇਨ ਕੰਮ ਹੈ। ਇਹ ਇਹਦੇ ਬ੍ਰੇਕ ਸਿਸਟਮ ਆ ਗਏ, ਜਿਹੜੇ ਕਿ ਸਰ ਸਭ ਨੂੰ ਪਤਾ ਹੀ ਹੈਗਾ ਕਿ ਸਿੰਗਲ ਡਬਲ ਕਰਨ ਦਾ ਲੈਚ ਲੱਗਿਆ ਹੁੰਦਾ ਵਿੱਚ, ਰੇਸ ਇੱਥੇ ਆ ਗਈ, ਮੋਬਾਈਲ ਚਾਰਜਰ ਹੋਲਡਰ ਇੱਥੇ ਆ ਗਿਆ ਮੋਬਾਈਲ ਹੋਲਡਰ। ਅਤੇ ਇੱਕ ਇਹਦੇ ਵਿੱਚ ਹੋਰ ਜਿਹੜਾ ਫੀਚਰ ਤੁਸੀਂ ਦੇਖੋਗੇ ਆ ਕਲੱਚ ਵਿੱਚ ਪੱਤੀ ਹੈਗੀ ਆ, ਅਤੇ ਜੇ ਤੁਸੀਂ ਕਾਫੀ ਟਾਈਮ ਵਾਸਤੇ ਜੇ ਟਰੈਕਟਰ ਨੂੰ ਖੜਾਉਣਾ ਹੋਵੇ ਕਲੱਚ ਪੇਡ ਨਾ ਚਿਪੇ ਉਹਦੇ ਵਾਸਤੇ ਦੇ ਰੱਖੀ ਹੈ। ਇਹਦਾ ਇੱਕ ਹੋਰ ਇੰਪੋਰਟੈਂਟ ਫੀਚਰ ਵੀ ਹੈਗਾ ਜਿਹੜੀ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਮੀਟਰ ਤੇ ਉੱਪਰ ਆ ਜਾਓ, ਇਹਦੇ ਮੀਟਰ ਨੇ ਇੰਪਲੀਮੈਂਟ ਆਪਣਾ ਡਿਜੀਟਲ ਮੀਟਰ ਹੈਗਾ, ਇੱਥੇ ਆਪਣੇ ਘੰਟਿਆਂ ਦੀ ਰੀਡਿੰਗ ਆਏਗੀ। ਇਹ ਇੰਜਨ RPM ਆ, ਇਹ ਅਸੀਂ ਦੇਖੋਗੇ 1800 ਤੋਂ ਥੋੜ੍ਹਾ ਜਿਹਾ ਪਿੱਛੇ ਜਿਹੜਾ ਹੈਗਾ, ਇਹ ਇੰਡੀਕੇਸ਼ਨ ਦੇ ਰੱਖੀ ਹੈ PTO ਦੇ 540 ਦੀ, 1800 ਥੋੜ੍ਹਾ ਪਿੱਛੇ, 1800 ਜੀ ਕਹਿ ਸਕਦੇ ਹੋ। ਇਹ ਫਿਊਲ ਗੇਜ ਹੈਗੀ ਆਪਣੀ, ਇਹ ਟੈਂਪਰੇਚਰ ਗੇਜ ਹੈ, ਇਹ ਆਇਲ ਪ੍ਰੈਸ਼ਰ ਗੇਜ ਹੋ ਗਈ, ਅਤੇ ਇਹ ਆਪਣਾ ਬੈਟਰੀ ਚੱਲਦੀ ਹੋਊਗੀ ਗੇਜ। ਅਤੇ ਇਹ 'ਚ ਆਪਣਾ ਇੱਕ ਇਹਦੀ ਲਾਈਟ ਵੀ ਹੁੰਦੀ ਹੈ, ਜਦੋਂ ਆਪਣਾ ਏਅਰ ਫਿਲਟਰ ਚੋਕ ਹੋ ਜਾਵੇ ਤਾਂ ਉਹ ਇਸ ਜਗ੍ਹਾ 'ਤੇ ਰਹਿੰਦੀ ਹੈਗੀ ਹੈ, ਉਹ ਵੀ ਇਹਦੇ ਵਿੱਚ ਇੰਡੀਕੇਸ਼ਨ ਹੈਗੀ ਹੈ। ਅਤੇ ਮੀਟਰ ਦੇ ਵਿੱਚ ਜੇ ਟਰੈਕਟਰ ਓਵਰਹੀਟ ਵਿੱਚ ਜਾਂਦਾ ਤਾਂ ਓਵਰਹੀਟਿੰਗ ਦਾ ਸਿਗਨਲ ਜਿਹੜਾ ਹੈਗਾ ਉਹ ਵੀ ਮੀਟਰ ਦੇ ਵਿੱਚ ਸ਼ੋ ਹੁੰਦਾ ਆ ਰਿਹਾ ਇਸ ਲੋਕੇਸ਼ਨ 'ਤੇ, ਆਪਣਾ ਓਵਰਹੀਟਿੰਗ ਜੇ ਇਨਕੇਸ ਗੇਜ ਰੇਟ ਚਲੇ ਜਾਂਦੀ ਹੈ, ਰੇਡੀਏਟਰ ਚੋਕ ਹੋ ਜਾਂਦਾ ਤਾਂ ਇੱਥੇ ਵੀ ਲਾਈਟ ਆਏਗੀ। ਫਿਲਟਰ ਦੇ ਵਿੱਚ ਤੁਸੀਂ ਦੇਖੋਗੇ ਤਾਂ ਫਿਲਟਰ ਦੇ ਵਿੱਚ ਵੀ ਇਹਦੇ ਡੀਜ਼ਲ ਫਿਲਟਰ ਨੇ, ਇਹਨਾਂ ਦੇ ਥੱਲੇ ਇਹਨਾਂ ਨੂੰ ਖੋਲ੍ਹ ਕੇ ਇਨਕੇਸ ਡੀਜ਼ਲ ਦੇ ਵਿੱਚ ਥੋੜ੍ਹਾ ਬਹੁਤਾ ਵੀ ਪਾਣੀ ਆ ਜਾਏ ਤਾਂ ਇਹ ਨੱਟਾਂ ਨੂੰ ਖੋਲ੍ਹ ਕੇ ਪੰਪ ਮਾਰ ਕੇ ਅਤੇ ਇਹਦੇ ਵਿੱਚੋਂ ਆਪਾਂ ਪਾਣੀ ਕੱਢ ਸਕਦੇ ਹਾਂ। ਸਮੈਲ ਤੋਂ ਬਾਅਦ ਜਦੋਂ ਆਪਾਂ ਡੀਜ਼ਲ ਆ ਗਿਆ ਉਸ ਸਮੇਂ ਨੂੰ ਆਪਾਂ ਟਾਈਟ ਕਰ ਲੈਣਾ, ਇਹ ਚੀਜ਼ਾਂ ਧਿਆਨ ਰੱਖਣਾ।
ਤੇ ਬਾਕੀ ਜਿਹੜੇ ਇੰਜਨ ਦੇ ਲੈਵਲਸ ਵਗੈਰਾ ਹੈਗੇ ਨੇ ਉਹ ਵੈਸੇ ਸਾਰੇ ਕਸਟਮਰਸ ਨੂੰ ਪਤਾ ਹੁੰਦਾ, ਬਟ ਫਿਰ ਵੀ ਆਪਾਂ ਇੱਕ ਵਾਰ ਦੱਸ ਦਈਏ, ਜਿਹੜਾ ਕੂਲੈਂਟ ਲੈਵਲ ਹੈਗਾ ਉਹ ਵੀ ਸੈਂਟਰਲ ਲੈਵਲ 'ਤੇ ਹੋਣਾ ਚਾਹੀਦਾ। ਇਸਦਾ ਅਸੀਂ ਟੋਪ 'ਤੇ ਹੈਗਾ, ਸੈਂਟਰਲ ਲੈਵਲ 'ਤੇ ਹੋਣਾ ਚਾਹੀਦਾ, ਦੋਨਾਂ ਲੈਵਲ 'ਤੇ ਹੈਗਾ, ਸੈਂਟਰਲ ਲੈਵਲ 'ਤੇ ਹੋਣਾ ਚਾਹੀਦਾ। ਇੰਜਨ ਆਇਲ, ਸਟੇਅਰਿੰਗ ਆਇਲ ਅਤੇ ਲਿਫਟ ਵਾਲਾ ਆਇਲ ਜਿਹੜਾ ਹੈਗਾ, ਇਹਦਾ ਵੀ ਜਿਹੜਾ ਹੈਗਾ ਲੈਵਲ ਆਪਾਂ ਪ੍ਰੋਪਰ ਧਿਆਨ ਰੱਖਣਾ। ਅਤੇ ਹੁਣ ਦੋਸਤੋ ਜੇ ਆਪਾਂ ਵਾਰੰਟੀ ਦੀ ਗੱਲ ਕਰੀਏ ਤਾਂ ਟਰੈਕਟਰ ਜਿਹੜੀ ਸਟੈਂਡਰਡ ਵਾਰੰਟੀ ਹੈਗੀ ਆ ਉਹ 2200 ਘੰਟੇ ਜਾਂ 2 ਸਾਲ ਦੀ ਹੁੰਦੀ ਹੈ। ਇਸ ਤੋਂ ਬਿਨਾਂ ਆਪਾਂ ਸਟੈਂਡਰਡ ਵਾਰੰਟੀ ਕਰਾ ਸਕਦੇ ਹਾਂ। ਜੇ ਤਾਂ ਆਪਾਂ ਸਟੈਂਡਰਡ ਵਾਰੰਟੀ ਕਰਾਉਣੀ ਹੈਗੀ ਆ ਤਾਂ ਉਹਦੇ ਵਿੱਚ ਘੰਟਿਆਂ ਦੀ ਕੋਈ ਲਿਮਿਟ ਨਹੀਂ, ਪਰ ਟਰੈਕਟਰ ਜੋ ਹੈ 4 ਸਾਲ ਤੱਕ ਕਵਰ ਹੋ ਜਾਂਦਾ ਹੈਗਾ। ਅਤੇ ਉਹਦੇ ਵਿੱਚ ਜਿਹੜਾ ਹੈਗਾ ਚਾਰਜਿਸ ਰਹਿੰਦੇ ਨੇ ਫਿਕਸ, ਜੇ ਤਾਂ ਆਪਾਂ 1 ਸਾਲ ਦੇ ਵਿੱਚ ਕਰਵਾਉਂਦੇ ਹਾਂ ਤਾਂ 3500 ਰੁਪਏ ਚਾਰਜਿਸ ਨੇ, ਜੇ ਆਪਾਂ 2 ਸਾਲ ਦੇ ਵਿੱਚ ਅਤੇ 22ਵੇਂ ਮਹੀਨੇ ਤੋਂ ਪਹਿਲਾਂ ਮਤਲਬ 13ਵੇਂ ਮਹੀਨੇ ਤੋਂ ਲੈ ਕੇ 22ਵੇਂ ਮਹੀਨੇ ਦੇ ਵਿੱਚ ਕਰਵਾਉਂਦੇ ਹਾਂ ਤਾਂ 3800 ਰੁਪਏ ਚਾਰਜ ਨੇ। ਉਹ ਚਾਰਜਿਸ ਦੇ ਕੇ ਆਪਾਂ ਟਰੈਕਟਰ ਦੀ ਸਟੈਂਡਰਡ ਵਾਰੰਟੀ ਕਰਵਾ ਸਕਦੇ ਹਾਂ। ਅਤੇ ਇਹ ਸਾਰੇ ਕਸਟਮਰ ਨੂੰ ਬੇਨਤੀ ਹੈ ਕਿ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਟਰੈਕਟਰ ਦੀ, ਆਪਾਂ ਜੇ ਸਾਂਭ ਸੰਭਾਲ ਦੇਖੀਏ ਜਾਂ ਮੈਂਟੇਨੈਂਸ ਦੇਖੀਏ ਤਾਂ ਉਸਦੇ ਵਿੱਚ ਆਪਾਂ ਨੂੰ ਇਸ ਚੀਜ਼ ਦਾ ਬਹੁਤ ਵੱਡਾ ਵੈਲਿਊ ਮਿਲਦੀ ਹੈਗੀ ਹੈ। ਅਤੇ ਸਾਰੇ ਕਸਟਮਰ ਨੂੰ ਬੇਨਤੀ ਹੈ ਕਿ ਜਿਹੜਾ ਵੀ ਬੰਦਾ ਟਰੈਕਟਰ ਨਵਾਂ ਲੈਂਦਾ ਹੈ, ਕਸਟਮਰ ਟਰੈਕਟਰ ਨਵਾਂ ਲੈਂਦਾ ਤਾਂ ਸਟੈਂਡਰਡ ਵਾਰੰਟੀ ਨਾਲ ਜ਼ਰੂਰ ਕਰਾਉਣਾ। ਬਾਕੀ ਜੇ ਆਪਾਂ ਸਰਵਿਸ ਦੀ ਗੱਲ ਕਰੀਏ ਤਾਂ ਜਿਹੜੀ ਪਹਿਲੀ ਸਰਵਿਸ ਹੈ ਉਹ ਤਕਰੀਬਨ 50 ਤੋਂ 100 ਘੰਟੇ ਦੇ ਵਿੱਚ ਵਿੱਚ ਜਿਹੜੀ ਹੈ ਕਰਵਾਉਣੀ ਪੈਂਦੀ ਹੈ, 50 ਤੋਂ 100 ਘੰਟੇ ਜਾਂ 1 ਮੰਥ। ਉਸ ਤੋਂ ਬਾਅਦ 300 ਘੰਟੇ ਦਾ ਗੈਪ ਜਾਂ 3 ਮਹੀਨੇ, ਇਹ ਆਪਣਾ ਡਿਊਰੇਸ਼ਨ ਸਰਵਿਸ ਦੀ ਰਹਿੰਦੀ ਹੈ। ਬਾਕੀ ਇਸ ਤੋਂ ਬਿਨਾਂ ਭਾਅ ਜੀ ਤੁਹਾਡਾ ਕੋਈ ਵੀ ਕੋਈ ਸੁਜੈਸ਼ਨ ਹੋਵੇ, ਕੋਈ ਸਵਾਲ ਹੋਵੇ ਜਿਹੜਾ ਆਪਣੀ ਅੱਜ ਦੀ ਵੀਡੀਓ 'ਚ ਨਾ ਕਵਰ ਕੀਤਾ ਗਿਆ ਹੋਵੇ ਤਾਂ ਮੇਰੀ ਬੇਨਤੀ ਹੈ ਕਿ ਵੀਡੀਓ ਦੇ ਕਮੈਂਟ ਵਿੱਚ ਜਾ ਕੇ ਤਾਂ ਸਾਨੂੰ ਕਮੈਂਟ ਕਰੋ, ਉਸ ਹਿਸਾਬ ਨਾਲ ਅਸੀਂ ਉਹਦਾ ਜਵਾਬ ਦੇਵਾਂਗੇ। ਥੈਂਕ ਯੂ।